ਅਤੇ ਉਹ ਅੱਜ ਉਹ ਗੱਡੀ ਨੇ ਸਾਡੇ ਪੰਪ ਦੇ ਇੱਥੇ ਆਉਣਾ ਸੀਗਾ ਅਤੇ ਜਦੋਂ ਪੰਪ ਆਉਣਾ ਸੀ ਅਤੇ ਅਸੀਂ ਗੱਡੀ ਦਾ ਪਿੱਛਾ ਕੀਤਾ ਅਸੀਂ ਉੱਥੇ ਚਲੇ ਗਏ ਬਠਿੰਡੇ ਅਤੇ ਅਚਾਨਕ ਬਿਨਾਂ ਅਸੀਂ ਡਰਾਈਵਰ ਤੋਂ ਪਤਾ ਲੱਗੇ ਲੱਗਣ ਤੋਂ ਬਿਨਾਂ ਅਸੀਂ ਗੱਡੀ ਦਾ ਪਿੱਛਾ ਕੀਤਾ ਅਤੇ ਉਹ ਗੱਡੀ ਅਚਾਨਕ ਹੀ ਇੱਕ ਫੈਕਟਰੀ ਦੇ ਵਿੱਚ ਵੜੀ ਅਤੇ ਉਸ ਟਾਈਮ ਉਹ ਉਸ ਦੀ ਮੈਂ ਵੀਡੀਓ ਵਗੈਰਾ ਵੀ ਬਣਾਈ ਹੈ ਉਹ ਵੀਡੀਓ ਵੀ ਬਾਅਦ ਵਿੱਚ ਅਸੀਂ ਅਪਲੋਡ ਕਰਾਂਗੇ ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀਡੀਓ ਬਣਾ ਰਹੇ ਸਾਡੀ ਤਾਂ ਉਹਨਾਂ ਨੇ ਗੱਡੀ ਉਹਨੇ ਭਰੀ ਉੱਥੋਂ ਵਾਪਸ ਮੋੜੀ ਹੈ ਉਹ ਗੱਡੀ ਹੁਣ ਇੱਥੇ ਪੈਟਰੋਲ ਪੰਪ 'ਤੇ ਸਾਡੇ ਖੜ੍ਹੀ ਆ ਹਰਿਆਣਾ ਨੰਬਰ ਆ ਜੀ ਆਹ ਨੰਬਰ ਧਿਆਨ ਨਾਲ ਦੇਖ ਲਓ ਜੀ HR 4943 95 23 ਠੀਕ ਹੈ ਜੀ ਅਤੇ ਇਹ ਵੀਡੀਓ ਜਿਹੜੇ ਸਾਡੇ ਨਵੇਂ ਡੀਲਰ ਜਾਂ ਮਾਲਕ ਹੈਗੇ ਉਹਨਾਂ ਲਈ ਹੈ ਬਿਨਾਂ OTP ਤੋਂ ਗੱਡੀਆਂ ਕਿਵੇਂ ਖੋਲ੍ਹੀਆਂ ਜਾਂਦੀਆਂ ਅਤੇ ਕਿਵੇਂ ਤੇਲ ਨਿਕਲਦਾ ਅਸੀਂ ਹੁਣ ਅਸੀਂ ਉਹ ਗੱਡੀ ਬਿਨਾਂ OTP ਮੰਗਾਏ ਅਸੀਂ ਉਹ ਗੱਡੀ ਓਪਨ ਕਰਕੇ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖੋ ਇਹ ਗੱਡੀ ਨਾਨਕਸਰ ਪੰਪ ਦੇ ਉੱਤੇ ਖੜ੍ਹੀ ਹੈ ਚਲੋ ਜੀ ਦੇਖ ਲਓ ਜੀ ਆ ਗੱਡੀ ਹੁਣ ਲੌਕ ਆ ਠੀਕ ਹੈ ਜੀ ਹੁਣ ਅਸੀਂ ਗੱਡੀ ਬਿਨਾਂ OTP ਤੋਂ ਖੋਲ੍ਹ ਕੇ ਦਿਖਾਵਾਂਗੇ ਸਾਰੇ ਵੀਰ ਧਿਆਨ ਨਾਲ ਨੋਟ ਕਰਨ ਅੱਗੇ ਤੋਂ ਖਿਆਲ ਰੱਖਣ ਤਾਂ ਕਿ ਤੇਲ ਦੀ ਜਿਹੜੀ ਚੋਰੀ ਹੁੰਦੀ ਆ ਉਹ ਨਾ ਹੋਵੇ ਆਹ ਚੱਕੋ ਜੀ ਇੱਕ ਬੰਦੇ ਨੇ ਜਿਹੜੀ ਗੱਡੀ ਆ ਬਿਨਾਂ OTP ਤੋਂ ਅਨਲੌਕ ਕਰਤਾ ਲਓ ਜੀ ਆਹ ਦੇਖੋ ਜੀ ਜਿਵੇਂ ਮਰਜ਼ੀ ਤੇਲ ਕੱਢੀ ਜਾਓ ਜੀ ਜਿਵੇਂ ਮਰਜ਼ੀ ਜਿਹੜੀ ਮਰਜ਼ੀ ਮਿਲਾਵਟ ਕਰੀ ਜਾਓ ਜੀ ਠੀਕ ਹੈ ਜੀ ਲਓ ਜੀ ਬਿਨਾਂ OTP ਤੋਂ ਗੱਡੀ ਖੋਲ੍ਹੀ ਹੈ ਜੀ ਇਹ ਅਸੀਂ ਠੀਕ ਹੈ ਜੀ ਇਹ ਵੀਡੀਓ ਅਸੀਂ ਬੰਦ ਕਰਦੇ ਅਸੀਂ ਉਸੇ ਤਰ੍ਹਾਂ ਵੇਖ ਲਓ ਜੀ ਆਹ ਬੰਦ ਕਰ ਰਹੇ ਹਾਂ ਇਹ ਵੀਡੀਓ ਅਸੀਂ ਆਪਦੇ ਸੇਲਸ ਅਫਸਰ ਨੂੰ ਵੀ ਭੇਜਾਂਗੇ ਬਠਿੰਡੇ ਡੀਪੂ ਦੇ ਵਿੱਚ ਮੈਨੇਜਰ ਸਾਹਿਬ ਸਾਹਿਬ ਨੂੰ ਵੀ ਭੇਜਾਂਗੇ ਲਓ ਜੀ ਆਹ ਦੇਖ ਲਓ ਗੱਡੀ ਕਿਵੇਂ ਲੌਕ ਹੋ ਰਹੀ ਹੈ ਇਹ ਗੱਡੀ ਇਸ ਟਾਈਮ ਨਾਨਕਸਰ ਪੰਪ ਦੇ ਉੱਪਰ ਖੜ੍ਹੀ ਹੋਈ ਹੈ ਜੀ NKS ਦੇ ਉੱਤੇ ਲਓ ਜੀ ਚੱਕੋ ਜੀ ਆਹ ਗੱਡੀ ਲੌਕ ਹੋ ਗਈ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਅਤੇ ਆਪਦਾ ਧਿਆਨ ਰੱਖ